ਹਾਂਜੀ, ਅੱਜ ਦੀ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਤਿਹਾਸ ਦੀ ਸੱਚੀ ਅਤੇ ਇੱਕ ਵੱਡੀ ਦੁਰਘਟਨਾ ਬਾਰੇ ਜੋ ਕਿ ਇਨਸਾਨਾਂ ਦੀ ਗਲਤੀ ਕਾਰਨ ਵਾਪਰੀ। ਇਹ ਕਹਾਣੀ ਹੈ ਟਾਈਟੈਨਿਕ ਜਹਾਜ਼ ਦੀ। ਟਾਈਟੈਨਿਕ ਦਾ ਨਾਮ ਸੁਣਦੇ ਹੀ ਸਾਨੂੰ ਹਾਲੀਵੁੱਡ ਮੂਵੀ ਟਾਈਟੈਨਿਕ ਦੀ ਯਾਦ ਆਉਂਦੀ ਹੈ। ਜੇਕਰ ਅਸੀਂ ਕਿਸੇ ਵੀ ਇਨਸਾਨ ਨੂੰ ਟਾਈਟੈਨਿਕ ਬਾਰੇ ਪੁੱਛੀਏ ਤਾਂ ਉਸ ਨੂੰ ਇਸ ਬਾਰੇ ਕੁਝ ਨਾ ਕੁਝ ਜ਼ਰੂਰ ਪਤਾ ਹੋਵੇਗਾ। ਟਾਈਟੈਨਿਕ ਇੱਕ ਵਿਸ਼ਾਲ ਪਾਣੀ ਉੱਪਰ ਚੱਲਣ ਵਾਲਾ ਜਹਾਜ਼ ਸੀ। ਟਾਈਟੈਨਿਕ ਆਪਣੇ ਸਮੇਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਹੋਣ ਦੇ ਨਾਲ ਨਾਲ ਉਸ ਸਮੇਂ ਇਨਸਾਨਾਂ ਦੁਆਰਾ ਬਣਾਈ ਗਈ ਸਭ ਤੋਂ ਵੱਡੀ ਚੀਜ਼ ਸੀ। ਉਸ ਸਮੇਂ ਜੇਕਰ ਟਾਈਟੈਨਿਕ ਨੂੰ ਲੰਬਾ ਖੜ੍ਹਾ ਕਰ ਦਿੱਤਾ ਜਾਂਦਾ ਤਾਂ ਉਹ ਉਸ ਸਮੇਂ ਦੀ ਹਰੇਕ ਬਿਲਡਿੰਗ ਤੋਂ ਉੱਚਾ ਸੀ। ਟਾਈਟੈਨਿਕ ਨੂੰ ਬਣਾਉਣ ਵਾਲੀ ਕੰਪਨੀ ਵਾਈਟ ਸਟਾਰ ਲਾਈਨ ਸੀ। ਟਾਈਟੈਨਿਕ ਦੀ ਲੰਬਾਈ 882 ਫੁੱਟ 9 ਇੰਚ ਭਾਵ 269.1 ਮੀਟਰ ਸੀ ਅਤੇ ਇਸ ਦੀ ਉਚਾਈ 175 ਫੁੱਟ ਭਾਵ 53.3 ਮੀਟਰ ਸੀ। ਇਹ 3 ਫੁੱਟਬਾਲ ਦੇ ਮੈਦਾਨਾਂ ਨਾਲੋਂ ਵੱਡਾ ਸੀ। ਟਾਈਟੈਨਿਕ ਨੂੰ 31 ਮਾਰਚ 1909 ਵਿੱਚ 3000 ਬੰਦਿਆਂ ਦੀ ਟੀਮ ਨਾਲ ਬਣਾਉਣਾ ਸ਼ੁਰੂ ਕੀਤਾ ਗਿਆ। ਇਸ ਨੂੰ ਬਣਾਉਣ ਲਈ ਬ੍ਰਿਟਿਸ਼ ਸਰਕਾਰ ਦੁਆਰਾ ਕੰਪਨੀ ਨੂੰ ਬਹੁਤ ਵੱਡੀ ਰਕਮ ਦਿੱਤੀ ਗਈ। ਇਸ ਨੂੰ 31 ਮਈ 1911 ਵਿੱਚ 26 ਮਹੀਨਿਆਂ ਵਿੱਚ ਬਣਾਇਆ ਗਿਆ, ਪਰ ਇਸ ਦੀਆਂ ਚਿਮਣੀਆਂ ਅਤੇ ਡੈਕੋਰੇਸ਼ਨ ਦਾ ਕੰਮ 1912 ਤੱਕ ਚੱਲਦਾ ਰਿਹਾ। ਟਾਈਟੈਨਿਕ ਦੀ ਪਹਿਲੀ ਯਾਤਰਾ 10 ਅਪ੍ਰੈਲ 1912 ਵਿੱਚ ਸ਼ੁਰੂ ਹੋਈ। ਇਹ ਯਾਤਰਾ ਇੰਗਲੈਂਡ ਸਾਊਥਹੈਂਪਟਨ ਤੋਂ ਨਿਊਯਾਰਕ ਸਿਟੀ ਤੱਕ ਸੀ। ਰਸਤੇ ਵਿੱਚ ਟਾਈਟੈਨਿਕ ਨੇ 2 ਜਗ੍ਹਾ 'ਤੇ ਰੁਕ ਕੇ ਜਾਣਾ ਸੀ। ਜਦੋਂ ਟਾਈਟੈਨਿਕ ਨੇ ਆਪਣਾ ਪਹਿਲਾ ਸਫ਼ਰ ਸ਼ੁਰੂ ਕੀਤਾ ਤਾਂ ਇਸ ਨੂੰ 1 ਲੱਖ ਤੋਂ ਵੀ ਜ਼ਿਆਦਾ ਲੋਕ ਦੇਖਣ ਆਏ ਸਨ। ਉਸ ਸਮੇਂ ਇਹ ਇੱਕ ਅਜੂਬੇ ਤੋਂ ਘੱਟ ਨਹੀਂ ਸੀ। ਟਾਈਟੈਨਿਕ 'ਤੇ 3547 ਲੋਕ ਸਫ਼ਰ ਕਰ ਸਕਦੇ ਸਨ, ਜਿਸ ਵਿੱਚ 2687 ਯਾਤਰੀ ਹੋ ਸਕਦੇ ਸਨ ਅਤੇ 860 ਕਰਿਊ ਮੈਂਬਰ। ਪਰ ਉਸ ਸਮੇਂ ਟਾਈਟੈਨਿਕ ਵਿੱਚ 2228 ਲੋਕ ਸਫ਼ਰ ਕਰ ਰਹੇ ਸਨ। ਟਾਈਟੈਨਿਕ ਦੀ ਮਾਲਕ ਕੰਪਨੀ ਵਾਈਟ ਸਟਾਰ ਲਾਈਨ ਨੇ 2 ਜਹਾਜ਼ਾਂ ਦੀ ਯਾਤਰਾ ਰੱਦ ਕਰ ਦਿੱਤੀ ਸੀ ਕਿਉਂਕਿ ਕੋਲੇ ਦੀ ਬਹੁਤ ਕਮੀ ਸੀ। ਇਸ ਲਈ ਦੂਸਰੇ ਜਹਾਜ਼ਾਂ ਵਿੱਚ ਜਾਣ ਵਾਲੇ ਯਾਤਰੀਆਂ ਨੂੰ ਵੀ ਟਾਈਟੈਨਿਕ ਵਿੱਚ ਭੇਜ ਦਿੱਤਾ ਗਿਆ। ਟਾਈਟੈਨਿਕ ਵਿੱਚ ਯਾਤਰੀਆਂ ਦੇ ਖਾਣ ਲਈ 86,000 ਪਾਊਂਡ ਮੀਟ, 40,000 ਆਂਡੇ, 20,000 ਬੀਅਰ, 10,500 ਵਾਈਨ ਦੀ ਬੋਤਲ ਅਤੇ 8,000 ਸ਼ਿਗਾਰ ਸੀ। ਇਸ ਦੇ ਨਾਲ ਹੋਰ ਕਈ ਤਰ੍ਹਾਂ ਦਾ ਖਾਣ ਦਾ ਸਮਾਨ ਵੀ ਸੀ। ਟਾਈਟੈਨਿਕ ਦੇ ਚੱਲਣ ਲਈ ਰੋਜ਼ 600 ਟਨ ਕੋਲੇ ਦੀ ਜ਼ਰੂਰਤ ਸੀ। ਇਸ ਲਈ 860 ਕਰਿਊ ਮੈਂਬਰਾਂ ਵਿੱਚੋਂ 176 ਦਾ ਕੰਮ ਕੋਲਾ ਪਾਉਣਾ ਸੀ। ਟਾਈਟੈਨਿਕ ਦੀਆਂ ਚਿਮਣੀਆਂ ਵਿੱਚੋਂ 100 ਟਨ ਧੂੰਆਂ ਹਰ ਦਿਨ ਨਿਕਲਦਾ ਸੀ। ਟਾਈਟੈਨਿਕ ਦੇ ਚੱਲਣ ਤੋਂ ਬਾਅਦ 4 ਦਿਨਾਂ ਤੱਕ ਸਭ ਕੁਝ ਠੀਕ ਚੱਲਦਾ ਰਿਹਾ। 14 ਅਪ੍ਰੈਲ 1912 ਨੂੰ ਟਾਈਟੈਨਿਕ ਦੇ ਸਾਹਮਣੇ ਇੱਕ ਹਿਮ ਪਰਬਤ ਭਾਵ ਬਰਫ਼ ਦਾ ਪਹਾੜ ਦਿਖਾਈ ਦਿੱਤਾ। ਟਾਈਟੈਨਿਕ ਉਸ ਨਾਲ ਟਕਰਾਉਣ ਵਾਲਾ ਸੀ ਅਤੇ ਟਾਈਟੈਨਿਕ ਨੂੰ ਬਚਾਉਣ ਲਈ ਸਿਰਫ 37 ਸੈਕਿੰਡ ਦਾ ਟਾਈਮ ਹੀ ਸੀ। ਜਹਾਜ਼ ਨੂੰ ਖੱਬੇ ਪਾਸੇ ਮੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਟਾਈਟੈਨਿਕ ਦਾ ਨਿਚਲਾ ਹਿੱਸਾ ਹਿਮ ਪਰਬਤ ਨਾਲ ਟਕਰਾ ਗਿਆ ਅਤੇ ਉੱਥੇ ਵੱਡਾ ਸਰਾਖ ਹੋ ਗਿਆ। ਉਸ ਸਮੇਂ ਰਾਤ ਦੇ 11:40 ਦਾ ਟਾਈਮ ਸੀ। ਜਹਾਜ਼ ਦੇ ਡੁੱਬਣ ਦੀ ਖਬਰ ਸੁਣ ਕੇ ਯਾਤਰੀਆਂ ਵਿੱਚੋਂ ਔਰਤਾਂ ਅਤੇ ਬੱਚਿਆਂ ਨੂੰ ਲਾਈਫ ਬੋਟਾਂ ਨਾਲ ਬਚਾਇਆ ਜਾਣ ਲੱਗਿਆ, ਪਰ ਜਹਾਜ਼ ਵਿੱਚ ਕੇਵਲ 20 ਲਾਈਫ ਬੋਟਾਂ ਹੀ ਸਨ ਜੋ ਕਿ ਅੱਧੇ ਯਾਤਰੀਆਂ ਨੂੰ ਵੀ ਨਹੀਂ ਬਚਾ ਸਕਦੀਆਂ ਸਨ। ਇਸ ਹਾਦਸੇ ਤੋਂ ਬਾਅਦ 2 ਘੰਟੇ ਅਤੇ 40 ਮਿੰਟਾਂ ਵਿੱਚ ਟਾਈਟੈਨਿਕ ਪੂਰੀ ਤਰ੍ਹਾਂ ਡੁੱਬ ਗਿਆ। ਟਾਈਟੈਨਿਕ ਦੇ ਡੁੱਬਣ ਦੀ ਗਤੀ 16 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਉਸ ਨੂੰ ਸਮੁੰਦਰ ਦੀ ਆਖਰੀ ਸਤਹ ਤੱਕ ਪਹੁੰਚਣ ਲਈ 15 ਮਿੰਟ ਲੱਗੇ। ਇਸ ਦੁਰਘਟਨਾ ਵਿੱਚ 1522 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਸਿਰਫ 340 ਦੀਆਂ ਹੀ ਲਾਸ਼ਾਂ ਮਿਲ ਸਕੀਆਂ। ਇਹ ਸੀ ਟਾਈਟੈਨਿਕ ਦੀ ਕਹਾਣੀ। ਹੁਣ ਅਸੀਂ ਜਾਣਦੇ ਹਾਂ ਟਾਈਟੈਨਿਕ ਦੀਆਂ ਕੁਝ ਹੋਰ। ਜਿਸ ਪਾਣੀ ਵਿੱਚ ਟਾਈਟੈਨਿਕ ਡੁੱਬਿਆ ਉਸ ਪਾਣੀ ਦਾ ਤਾਪਮਾਨ -2 ਡਿਗਰੀ ਸੈਲਸੀਅਸ ਸੀ, ਜਿਸ ਵਿੱਚ ਇਨਸਾਨ 15 ਮਿੰਟ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹਿ ਸਕਦਾ। ਇਸ ਨੂੰ ਕਦੇ ਨਾ ਡੁੱਬਣ ਵਾਲਾ ਜਹਾਜ਼ ਕਿਹਾ ਜਾਂਦਾ ਸੀ, ਤਾਂ ਹੀ ਇਸ 'ਤੇ ਸਿਰਫ 20 ਲਾਈਫ ਬੋਟਾਂ ਹੀ ਰੱਖੀਆਂ ਗਈਆਂ ਜੋ ਕਿ 1/3 ਲੋਕਾਂ ਨੂੰ ਹੀ ਬਚਾ ਸਕੀਆਂ। ਟਾਈਟੈਨਿਕ ਦੀਆਂ 4 ਚਿਮਣੀਆਂ ਵਿੱਚੋਂ 3 ਵਿੱਚੋਂ ਹੀ ਧੂੰਆਂ ਨਿਕਲਦਾ ਸੀ, ਬਾਕੀ 1 ਚਿਮਣੀ ਨਕਲੀ ਸੀ। ਉਹ ਸਿਰਫ ਸਜਾਵਟ ਅਤੇ ਸੰਤੁਲਨ ਲਈ ਬਣਾਈ ਗਈ ਸੀ। ਟਾਈਟੈਨਿਕ ਜਹਾਜ਼ ਦੀ ਘਟਨਾ ਉੱਤਰੀ ਅਟਲਾਂਟਿਕ ਸਾਗਰ ਵਿੱਚ ਹੋਈ। ਟਾਈਟੈਨਿਕ ਜਹਾਜ਼ ਦਾ ਮਲਬਾ 73 ਸਾਲ ਬਾਅਦ 1 ਸਤੰਬਰ 1985 ਨੂੰ ਮਿਲਿਆ। ਇਹ ਸਮੁੰਦਰ ਵਿੱਚ 12,500 ਫੁੱਟ ਥੱਲੇ ਸੀ। ਸਮੁੰਦਰ ਵਿੱਚ ਜਹਾਜ਼ ਦੇ ਦੋਨੋਂ ਟੁਕੜਿਆਂ ਦੀ ਦੂਰੀ 600 ਮੀਟਰ ਹੈ। ਟਾਈਟੈਨਿਕ ਜਹਾਜ਼ ਦੇ ਮਲਬੇ ਦੇ ਕਈ 100 ਮੀਟਰ ਦੂਰ ਤੱਕ
ਉਸ ਵਿੱਚ ਸਫ਼ਰ ਕਰ ਰਹੇ ਲੋਕਾਂ ਦੀਆਂ ਚੀਜ਼ਾਂ ਮਿਲੀਆਂ ਹਨ। ਉਸ ਸਮੇਂ ਟਾਈਟੈਨਿਕ ਵਿੱਚ ਫਸਟ ਕਲਾਸ ਵਿੱਚ ਸਫ਼ਰ ਕਰਨ ਲਈ ਇੱਕ ਵਿਅਕਤੀ ਨੂੰ $4,350, ਸੈਕਿੰਡ ਕਲਾਸ ਲਈ $1,750 ਅਤੇ ਥਰਡ ਕਲਾਸ ਲਈ $30 ਟਿਕਟ ਸੀ। ਟਾਈਟੈਨਿਕ ਨੂੰ ਬਣਾਉਣ ਸਮੇਂ 250 ਤੋਂ ਵੀ ਜ਼ਿਆਦਾ ਲੋਕਾਂ ਨੂੰ ਸੱਟਾਂ ਲੱਗੀਆਂ ਅਤੇ 2 ਲੋਕਾਂ ਦੀ ਮੌਤ ਹੋ ਗਈ ਸੀ। ਟਾਈਟੈਨਿਕ ਵਿੱਚ 13 ਨਵੇਂ ਵਿਆਹੇ ਜੋੜੇ ਹਨੀਮੂਨ ਮਨਾਉਣ ਲਈ ਅਮਰੀਕਾ ਜਾ ਰਹੇ ਸਨ। 860 ਕਰਿਊ ਮੈਂਬਰਾਂ ਵਿੱਚੋਂ ਸਿਰਫ 23 ਔਰਤਾਂ ਹੀ ਸਨ। ਫਸਟ ਕਲਾਸ ਵਾਲੇ ਯਾਤਰੀਆਂ ਨੂੰ 352 ਗਾਣਿਆਂ ਦੀ ਕਿਤਾਬ ਦਿੱਤੀ ਗਈ ਸੀ, ਜਿਸ ਦੇ ਸਾਰੇ ਗਾਣਿਆਂ ਬਾਰੇ ਜਹਾਜ਼ ਦੇ ਮਿਊਜ਼ੀਸ਼ੀਅਨਾਂ ਗੀਤਕਾਰਾਂ ਨੂੰ ਪਤਾ ਸੀ। ਫਸਟ ਕਲਾਸ ਦੇ ਯਾਤਰੀਆਂ ਦੀ ਫਰਮਾਇਸ਼ 'ਤੇ ਉਹਨਾਂ ਨੂੰ ਉਹ ਗਾਣਾ ਵਜਾਉਣਾ ਪੈਂਦਾ ਸੀ। ਟਾਈਟੈਨਿਕ ਨਾਲ ਟਕਰਾਉਣ ਵਾਲਾ ਪਰਬਤ 100 ਫੁੱਟ ਉੱਚਾ ਸੀ, ਜੋ ਗ੍ਰੀਨਲੈਂਡ ਗਲੇਸ਼ੀਅਰ ਤੋਂ 10,000 ਸਾਲ ਪਹਿਲਾਂ ਅਲੱਗ ਹੋ ਕੇ ਆਇਆ ਸੀ। ਪਰ ਟਾਈਟੈਨਿਕ ਨਾਲ ਟਕਰਾਉਣ ਤੋਂ 2-3 ਦਿਨ ਬਾਅਦ ਉਹ ਵੀ ਪੂਰੀ ਤਰ੍ਹਾਂ ਟੁੱਟ ਕੇ ਖਤਮ ਹੋ ਗਿਆ। ਟਾਈਟੈਨਿਕ ਨੂੰ ਹਿਮ ਪਰਬਤ ਨਾਲ ਟਕਰਾਉਣ ਦੀ ਚੇਤਾਵਨੀ 6 ਵਾਰ ਮਿਲ ਚੁੱਕੀ ਸੀ, ਪਰ ਫਿਰ ਵੀ ਜਹਾਜ਼ ਦੇ ਕਪਤਾਨ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ। ਟਾਈਟੈਨਿਕ ਦੇ ਨਾਲ ਜਹਾਜ਼ ਦਾ ਕਪਤਾਨ ਐਡਵਰਡ ਜੇ ਸਮਿਥ ਵੀ ਡੁੱਬ ਗਿਆ ਸੀ। ਜਹਾਜ਼ ਵਿੱਚ ਸਫ਼ਰ ਕਰਨ ਵਾਲਾ ਸਭ ਤੋਂ ਅਮੀਰ ਆਦਮੀ ਜੌਹਨ ਜੈਕੋਬ ਐਸਟਰ 4 ਸੀ, ਜਿਸ ਦੀ ਕੁੱਲ ਸੰਪਤੀ $85 ਮਿਲੀਅਨ ਸੀ, ਪਰ ਬਦਕਿਸਮਤੀ ਕਾਰਨ ਉਹ ਵੀ ਜਹਾਜ਼ ਦੇ ਨਾਲ ਹੀ ਡੁੱਬ ਗਿਆ। ਟਾਈਟੈਨਿਕ ਦੇ ਮੁੱਖ ਰਸੋਈਆਂ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਕੇ 2 ਘੰਟੇ ਤੱਕ ਆਪਣੀ ਜਾਨ ਬਚਾ ਲਈ, ਜਿਸ ਦਾ ਨਾਮ ਚਾਰਲਿਸ ਜੌਗਿਨ ਸੀ। ਫਿਰ ਉਸ ਨੂੰ ਬਚਾ ਲਿਆ ਗਿਆ। ਟਾਈਟੈਨਿਕ ਵਿੱਚੋਂ ਬਚਣ ਵਾਲੀ ਅੰਤਿਮ ਯਾਤਰੀ ਮਲਵੀਨਾ ਡੀਨ ਸੀ, ਜਿਸ ਦੀ 31 ਮਈ 2009 ਨੂੰ 97 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਜਦੋਂ ਉਸ ਨੂੰ ਟਾਈਟੈਨਿਕ ਵਿੱਚੋਂ ਬਚਾਇਆ ਗਿਆ ਤਾਂ ਉਸ ਦੀ ਉਮਰ 2 ਮਹੀਨੇ ਦੀ ਸੀ। ਇਸ ਵਿੱਚ 9 ਕੁੱਤੇ ਵੀ ਸਵਾਰ ਸਨ, ਜਿਸ ਵਿੱਚੋਂ ਕੇਵਲ 2 ਹੀ ਜ਼ਿੰਦਾ ਬਚ ਸਕੇ ਅਤੇ 706 ਲੋਕਾਂ ਨੂੰ ਵੀ ਬਚਾਇਆ ਗਿਆ। ਜਦੋਂ ਟਾਈਟੈਨਿਕ ਡੁੱਬਿਆ ਤਾਂ ਉਹ ਜ਼ਮੀਨ ਤੋਂ 640 ਕਿਲੋਮੀਟਰ ਦੂਰ ਸੀ, ਇਸ ਲਈ ਕੋਈ ਵੀ ਮਦਦ ਨਹੀਂ ਪਹੁੰਚ ਪਾਈ। ਟਾਈਟੈਨਿਕ ਦੀ ਮੈਕਸੀਮਮ ਸਪੀਡ 43 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਵਿੱਚ ਲੱਗੀ ਸਿਟੀ ਨੂੰ 16 ਕਿਲੋਮੀਟਰ ਦੂਰ ਤੱਕ ਸੁਣਿਆ ਜਾ ਸਕਦਾ ਸੀ। ਟਾਈਟੈਨਿਕ ਦਾ ਵਜ਼ਨ 46,330 ਟਨ ਅਤੇ ਇਸ ਦਾ ਇੰਜਣ 55,000 ਹੌਸ ਪਾਵਰ ਦਾ ਸੀ। ਇਸ ਨੂੰ 16 ਅਲੱਗ ਅਲੱਗ ਹਿੱਸਿਆਂ ਵਿੱਚ ਬਣਾਇਆ ਗਿਆ ਸੀ, ਪਰ ਫਿਰ ਵੀ ਇਹ ਡੁੱਬਣ ਤੋਂ ਨਹੀਂ ਬਚ ਸਕਿਆ। ਟਾਈਟੈਨਿਕ ਨੂੰ 14 ਅਪ੍ਰੈਲ 1912 ਨੂੰ 9 ਵਜੇ ਸੰਦੇਸ਼ ਮਿਲਿਆ ਕਿ ਕੈਪਟਨ ਟਾਈਟੈਨਿਕ ਦੇ ਪੱਛਮ ਵਿੱਚ ਅਸੀਂ ਤੁਹਾਡੇ ਤੋਂ ਕੁਝ ਦੂਰ ਅੱਗੇ ਸਫ਼ਰ ਕਰ ਰਹੇ ਹਾਂ, 42 ਡਿਗਰੀ ਨੌਰਥ ਲੋਜੀਟਿਊਡ ਅਤੇ 50 ਡਿਗਰੀ ਵੈਸਟ ਲੈਟੀਟਿਊਡ ਵਿੱਚ ਸਾਨੂੰ ਕੁਝ ਹਿਮ ਪਰਬਤ ਦਿਖਾਈ ਦਿੱਤੇ ਹਨ, ਤੁਸੀਂ ਇਹਨਾਂ ਤੋਂ ਸਾਵਧਾਨ ਰਹੋ। ਪਰ ਕੈਪਟਨ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ। ਟਾਈਟੈਨਿਕ ਤੋਂ ਕੁਝ ਦੂਰ ਚੱਲ ਰਹੇ ਕੈਲੀਫੋਰੀਆ ਸਟਿੰਬਰ ਨੂੰ ਇੱਕ ਵੱਡੀ ਹਿਮਸ਼ਿਲਾ ਦਿਖੀ, ਇਸ ਲਈ ਉਹਨਾਂ ਨੇ ਵੀ ਵਾਇਰਲੈੱਸ ਨਾਲ ਟਾਈਟੈਨਿਕ ਨੂੰ ਚੇਤਾਵਨੀ ਦਿੱਤੀ, ਪਰ ਫਿਰ ਵੀ ਟਾਈਟੈਨਿਕ ਦਾ ਰਸਤਾ ਨਹੀਂ ਬਦਲਿਆ ਗਿਆ। ਟਾਈਟੈਨਿਕ ਦਾ ਪੂਰਾ ਨਾਮ RMS ਟਾਈਟੈਨਿਕ ਸੀ, ਭਾਵ ਰੋਇਲ ਮੇਲ ਸ਼ਿਪ ਟਾਈਟੈਨਿਕ। ਕਰਪੀਥੀਆ ਨਾਮ ਦਾ ਬ੍ਰਿਟਿਸ਼ ਜਹਾਜ਼ ਟਾਈਟੈਨਿਕ ਤੋਂ 93 ਕਿਲੋਮੀਟਰ ਦੂਰ ਸੀ। ਉਹਨਾਂ ਨੂੰ ਮਦਦ ਦਾ ਸੁਨੇਹਾ ਭੇਜਿਆ ਗਿਆ, ਪਰ ਇਹ ਉਹਨਾਂ ਨੂੰ ਮਜ਼ਾਕ ਲੱਗਿਆ ਕਿ ਕਦੇ ਨਾ ਡੁੱਬਣ ਵਾਲਾ ਜਹਾਜ਼ ਕਿਵੇਂ ਡੁੱਬ ਸਕਦਾ ਹੈ। ਉਹਨਾਂ ਨੇ ਫਿਰ ਦੁਬਾਰਾ ਪੱਕਾ ਕੀਤਾ ਅਤੇ ਕਿਹਾ ਕਿ ਅਸੀਂ ਤੁਹਾਡੀ ਮਦਦ ਲਈ ਆ ਰਹੇ ਹਾਂ, ਪਰ ਉਹ 93 ਕਿਲੋਮੀਟਰ ਦੂਰ ਸੀ। ਟਾਈਟੈਨਿਕ 19 ਦੇਰ ਤੱਕ ਟਿਕ ਨਹੀਂ ਸਕਿਆ। ਟਾਈਟੈਨਿਕ ਦੀ ਇਸ ਕਹਾਣੀ ਉੱਪਰ ਬਹੁਤ ਫਿਲਮਾਂ ਬਣੀਆਂ, ਪਰ 1997 ਦੀ ਟਾਈਟੈਨਿਕ ਫਿਲਮ ਸਭ ਤੋਂ ਜ਼ਿਆਦਾ ਮਸ਼ਹੂਰ ਹੋਈ। ਇਸ ਫਿਲਮ 'ਤੇ 100 ਕਰੋੜ ਰੁਪਏ ਦੀ ਲਾਗਤ ਆਈ, ਜਦਕਿ ਟਾਈਟੈਨਿਕ ਜਹਾਜ਼ ਨੂੰ ਬਣਾਉਣ ਲਈ ਸਿਰਫ 35,70,00,000 ਰੁਪਏ ਲੱਗੇ ਸਨ। ਟਾਈਟੈਨਿਕ ਫਿਲਮ ਨੇ 11 ਔਸਕਰ ਅਵਾਰਡ ਜਿੱਤੇ। ਇਹ ਪੂਰੀ ਦੁਨੀਆ ਦੀ ਦੂਸਰੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਹੈ। ਤੁਹਾਨੂੰ ਟਾਈਟੈਨਿਕ ਦੀ ਇਹ ਕਹਾਣੀ ਕਿਵੇਂ ਲੱਗੀ ਅਤੇ ਤੁਸੀਂ ਇਸ ਦੁਰਘਟਨਾ ਦਾ ਦੋਸ਼ੀ ਕਿਸ ਨੂੰ ਮੰਨਦੇ ਹੋ? ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਹੋਰ ਵੀਡੀਓ ਲਈ। ਧੰਨਵਾਦ।